ਮੁਰਦਾਬਾਦ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ 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 ਜੋ ਬੋਲੇ ਸੋ ਨਿਰਭੈ ਵਾਲਮੀਕ ਮਹਾਰਾਜ ਜੀ ਭਗਵਾਨ ਵਾਲਮੀਕ ਸ਼ਕਤੀ ਸੈਨਾ ਜਿੰਦਾਬਾਦ ਭਗਵਾਨ ਵਾਲਮੀਕ ਸ਼ਕਤੀ ਸੈਨਾ ਜਿੰਦਾਬਾਦ ਪੰਜਾਬ ਪੁਲਿਸ ਮੁਰਦਾਬਾਦ 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 ਬੰਦ ਕਰੋ ਬੰਦ ਕਰੋ ਬੰਦ ਕਰੋ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਮੁਰਦਾਬਾਦ 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 ਤੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇ ਸ਼ਾਹੀ ਨਹੀਂ ਪੁਲਿਸ ਮੁਰਦਾਬਾਦ ਮੇਰਾ ਨਾਮ ਲੱਕੀ ਵੈਦ ਆ ਜੀ ਜ਼ਿਲ੍ਹਾ ਪ੍ਰਧਾਨ ਵਾਲਮੀਕੀ ਸ਼ਕਤੀ ਸੈਨਾ ਤੋਂ ਮਸਲਾ ਵਾ ਜੀ ਕਿ ਕੱਲ੍ਹ ਸਨੈਚਿੰਗ ਹੋਈ ਸੀਗੀ ਮੋਬਾਈਲ ਦੀ ਉਹਦੇ ਵਿੱਚੋਂ ਲੜਕਾ ਜਿਹੜਾ ਵਾ ਤਿੰਨ ਚਾਰ ਲੜਕੇ ਇਹਨਾਂ ਨੇ ਫੜੇ ਆ ਇਸ ਸਹੀ ਜਿਹੜੇ ਰੂਪ ਲਾਲ ਜੀ ਆ ਇੱਥੋਂ ਦੇ ਚੌਂਕੀ ਇੰਚਾਰਜ ਆ ਬਹੁਤ ਵਧੀਆ ਉਪਰਾਲਾ ਵਾ ਜੀ ਚਲੋ ਜਿਹੜਾ ਵੀ ਅਪਰਾਧ ਹੋਇਆ ਚਾਹੀਦਾ ਉਹਨਾਂ ਨੂੰ ਅਰੈਸਟ ਹੋਣੀ ਚਾਹੀਦੀ ਆ ਇਹਨਾਂ ਦੇ ਕਹਿਣ ਦੇ ਮੁਤਾਬਿਕ ਜਦ ਅਸੀਂ ਇਹਨਾਂ ਕੋਲ ਆਏ ਹਾਂ ਕਹਿੰਦੇ ਜੀ ਚਾਰ ਤੋਂ ਪੰਜ ਬੰਦੇ ਇਹਨਾਂ ਨੇ ਅਕਿਊਜ਼ ਸਾਨੂੰ ਦੱਸੇ ਕਹਿੰਦੇ ਅਸੀਂ ਇਹ ਬੰਦੇ ਅਰੈਸਟ ਕੀਤੇ ਆ ਔਰ ਜਿਹੜਾ ਮੌਕੇ ਸਿਰ ਜਿਹੜਾ ਇੱਕ ਜਿਹੜਾ ਜਿਹਦੇ ਕੋਲ ਫੋਨ ਖੋਇਆ ਵਾ ਉਹ ਆ ਕੇ ਉਹਨੇ ਆਈਡੈਂਟੀਫਾਈ ਕੀਤੇ ਆ ਚੌਂਕੀ ਇੰਚਾਰਜ ਦਾ ਕਹਿਣਾ ਵਾ ਕਿ ਵੀ ਇੰਨੇ ਬੰਦੇ ਆਈਡੈਂਟੀਫਾਈ ਕਰ ਲਏ ਆ ਅਸੀਂ ਪਰਚਾ ਦਰਜ ਕਰ ਦਿੱਤਾ ਅਸੀਂ ਕਿਹਾ ਜੀ ਬਹੁਤ ਵਧੀਆ ਜੀ ਤੁਸੀਂ ਪਰਚਾ ਦਰਜ ਕੀਤਾ ਵਾ ਪਰ ਹੋਇਆ ਕੀ ਆ ਰਾਤ ਨੂੰ 10 ਵਜੇ ਇਹਨਾਂ ਨੇ ਇਹ ਜਿਹੜਾ ਚੌਂਕੀ ਇੰਚਾਰਜ ਆ ਰੂਪ ਲਾਲ ਜੀ ਆ ਜਿਹੜੇ ਇਹਨਾਂ ਨੇ ਸੈਟਿੰਗ ਕਰਕੇ ਉਹਨਾਂ ਨਾਲ ਚਾਰ ਤਿੰਨ ਬੰਦੇ ਸੀ ਜਿਹੜੇ ਤਿੰਨ ਬੰਦੇ ਜਿਹੜੇ ਆ ਉਹ ਇਹਨਾਂ ਨੇ ਛੱਡ ਦਿੱਤੇ ਆ ਅਸੀਂ ਜਦ ਅੱਜ ਪੁੱਛਣ ਆਏ ਹਾਂ ਕਿ ਵੀ ਜਦ ਤੁਸੀਂ ਸਾਨੂੰ ਸ਼ਾਮ ਨੂੰ ਕਿਹਾ ਸੀਗਾ ਕਿ ਵੀ ਪਰਚਾ ਦਰਜ ਆ ਚਾਰ ਬੰਦਿਆਂ 'ਤੇ ਪਰਚਾ ਦਰਜ ਆ ਔਰ ਜਿਹਦੇ ਕੋਲ ਫੋਨ ਖੋਇਆ ਗਿਆ ਵਾ ਬਕਾਇਦਾ ਉਹਨੇ ਆਈਡੈਂਟੀਫਾਈ ਕੀਤਾ ਵਾ ਕਿ ਜਿਹੜੇ ਇਹ ਚਾਰ ਦੇ ਚਾਰ ਦੋਸ਼ੀ ਸੀਗੇ ਅਸੀਂ ਇਹਨਾਂ ਨੇ ਮੇਰੇ ਕੋਲ ਫੋਨ ਖੋਇਆ ਵਾ ਕਿਹੜੀ ਐਸੀ ਇਨਕੁਆਇਰੀ ਹੋ ਗਈ ਜਾਂ ਕਿਹੜਾ ਐਸਾ ਪ੍ਰਭਾਵ ਪੈ ਗਿਆ ਜਾਂ ਪੈਸੇ ਦਾ ਲੈਣ ਦੇਣ ਹੋਇਆ ਵਾ ਪੁਲਿਸ ਵੱਲੋਂ ਕਿ ਜਿਹੜਾ ਤੁਸੀਂ ਰਾਤੋਂ ਰਾਤ ਹੀ ਕਰ ਦਿੱਤਾ ਇਹ ਜਦੋਂ ਇਹਨਾਂ ਨੂੰ ਆ ਕੇ ਮਿਲਿਆ ਕਹਿੰਦੇ ਜੀ ਅਸੀਂ ਵੈਰੀਫਿਕੇਸ਼ਨ ਕਰ ਲਈ 3 ਤੋਂ 4 ਘੰਟੇ 'ਚ ਕਿਹੜੀ ਵੈਰੀਫਿਕੇਸ਼ਨ ਹੋ ਗਈ ਜੀ ਜਦ ਬੰਦਾ ਮੇਨ ਜਿਹੜਾ ਵਾ ਜਿਹਦੇ ਕੋਲ ਖੋ ਹੋਈ ਆ ਉਹ ਆਈਡੈਂਟੀਫਾਈ ਕਰ ਰਿਹਾ ਵਾ ਤਾਂ ਫਿਰ ਤਾਂ ਸਾਰਿਆਂ ਨੇ ਸਾਰਿਆਂ ਅਰੈਸਟ ਕਰਨੀ ਚਾਹੀਦੀ ਸੀਗੀ ਉਹ ਕਿਉਂ ਕਰ ਲਏ ਇਹਨਾਂ ਨੇ ਇਹ ਹੁਣ ਚੌਂਕੀ ਇੰਚਾਰਜ ਦੱਸੇ ਹੁਣ ਆ ਕੇ ਸਾਨੂੰ ਕਿ ਵੀ ਇਹਨੇ ਕਿਸ ਕਿਸ ਕਰਕੇ ਇਹ ਚੀਜ਼ ਕੀਤੀ ਆ ਮੰਗ ਅਸੀਂ ਇਹ ਕਰਦੇ ਹਾਂ ਜੀ ਜਿੰਨਾ ਚਾਰ ਦੇ ਚਾਰ ਜਿਹੜੇ ਅਕਿਊਜ਼ਡ ਸੀਗੇ ਉਹਨਾਂ ਨੂੰ ਪੁਲਿਸ ਅਰੈਸਟ ਕਰੇ ਕਿਉਂਕਿ ਉਹ ਘਰ ਫਿਰਦੇ ਪਏ ਆ ਉਹ ਸ਼ਰੇਆਮ ਫਿਰਦੇ ਪਏ ਆ ਔਰ ਜਿਹੜਾ ਮੇਨ ਇੱਕ ਬੰਦਾ ਇਹਨਾਂ ਨੇ ਦੋ ਬੰਦੇ ਇਹਨਾਂ ਨੇ ਕਰ ਦਿੱਤੇ ਪਰਚੇ ਦੇ ਵਿੱਚ ਕਿਉਂਕਿ ਪਰਿਵਾਰ ਦਾ ਕਹਿਣ ਦੇ ਮੁਤਾਬਿਕ ਇਹਨਾਂ ਕੋਲੋਂ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਸੀਗੀ ਜਦ ਇਹਨਾਂ ਕੋਲ ਡਿਮਾਂਡ ਨਹੀਂ ਪੂਰੀ ਹੋਈ ਤਾਂ ਜਿਹੜਾ ਉਹਨੂੰ ਮੇਨ ਅਕਿਊਜ਼ ਕਰਕੇ ਸਾਰਾ ਪਰਚਾ ਜਿਹੜਾ ਉਹਦੇ 'ਤੇ ਪਾ ਦਿੱਤਾ ਗਿਆ ਵਾ ਨਾਇਕ ਮਹਾਰਾਜ ਜੀ ਜਨਰਲ ਸਕੱਤਰ ਪੰਜਾਬ ਭਗਵਾਨ ਵਾਲਮੀਕੀ ਸ਼ਕਤੀ ਸੈਨਾ ਤੋਂ ਕੱਲ੍ਹ ਦੀ ਗੱਲ ਹੈ ਮੁੰਡੇ ਜਿਹੜੇ ਆ ਗੁਮਾਨਪੁਰੇ ਮੁੰਡੇ ਚਾਰ ਮੁੰਡੇ ਜਿਹੜੇ ਸੀ ਉਹਨਾਂ ਦੇ ਸਨੈਚਿੰਗ ਦਾ ਇੱਕ ਕੇਸ ਕੀਤਾ ਗਿਆ ਇਹਨਾਂ ਦੇ ਉਹਨਾਂ ਦੇ ਵਿੱਚ ਉਹ ਇੱਕ ਮੁੰਡਾ ਜਿਹੜਾ ਇਹਨਾਂ ਨੇ ਇਹਨਾਂ ਕ ਜਿਹਦੇ ਕੋਲ ਮੇਨ ਜਿਹੜਾ ਖੋਹ ਕੀਤੀ ਗਈ ਆ ਉਹ ਮੁੰਡਾ ਇਹਨਾਂ ਨੇ ਲੈ ਕੇ ਆਉਂਦਾ ਔਰ ਉਹਨਾਂ ਕੋਲ ਇਹਨਾਂ ਨੇ ਸ਼ਨਾਖਤ ਕਰਾਈ ਆ ਉਹਨਾਂ ਨੇ ਚਾਰਾਂ ਦੇ ਮੁੰਡਿਆਂ ਦੇ ਨਾਂ ਲਏ ਨੇ ਔਰ ਚਾਰ ਦੇ ਚਾਰ ਹੀ ਉਹਨਾਂ ਕਿਹਾ ਵੀ ਆਇਆ ਇਹਨਾਂ ਨੇ ਮੇਰੇ ਕੋਲ ਖੋਹ ਕੀਤੀ ਆ ਚਾਰੇ ਬੰਦੇ ਇੱਥੇ ਲੈ ਆਏ ਨੇ ਵੈ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵਾ ਚਾਰ ਬੰਦਿਆਂ ਦੇ ਵਿੱਚੋਂ ਜਿਹੜੇ ਆ ਦੋ ਬੰਦੇ ਇਹਨਾਂ ਨੇ ਛੱਡ ਦਿੱਤੇ ਇਹਨਾਂ ਦੀ ਸੈਟਿੰਗ ਹੋ ਗਈ ਹੈ ਪੈਸੇ ਦਾ ਲੈਣ ਦੇਣ ਹੋ ਗਿਆ ਕੋਈ ਉੱਤੋਂ ਉਹਨਾਂ ਦਾ ਕੋਈ ਪ੍ਰੈਸ਼ਰ ਆ ਗਿਆ ਸਾਨੂੰ ਨਹੀਂ ਪਤਾ ਲੇਕਿਨ ਇਹਨਾਂ ਨੇ ਉਹ ਚਾਰ ਬੰਦੇ ਜਿਹੜੇ ਛੱਡ ਦਿੱਤੇ ਆ ਔਰ ਇਹ ਜਿਹੜਾ ਮੁੰਡੇ ਸੀ ਇਹਨਾਂ ਦੇ ਨਾਲ ਵੀ ਜਿਹੜੀ ਪੈਸੇ ਦੀ ਡਿਮਾਂਡ ਹੋ ਰਹੀ ਸੀ ਇਹਨਾਂ ਦੇ ਪਰਿਵਾਰ ਵੱਲੋਂ ਜਦੋਂ ਇਹਨਾਂ ਦੇ ਪੈਸੇ ਦੀ ਨਹੀਂ ਕੀਤੀ ਗਈ ਕਿਉਂਕਿ ਪੈਸਾ ਜ਼ਿਆਦਾ ਮੰਗਦੇ ਸੀ ਇਹ ਪਰਿਵਾਰ ਵੱਲੋਂ ਕਿਹਾ ਗਿਆ ਕਿ ਰੁਪਈਆ 50,000 ਦੀ ਡਿਮਾਂਡ ਹੋ ਰਹੀ ਸੀ ਮਾੜਾ ਪਰਿਵਾਰ ਹੈ ਰੋਜ਼ ਕਮਾਉਣਾ ਰੋਜ਼ ਖਾਣਾ ਉਹਦੇ ਕਰਕੇ ਇਹਨਾਂ ਦੀ ਡਿਮਾਂਡ ਪੂਰੀ ਨਹੀਂ ਕੀਤੀ ਗਈ ਉਹ ਦੋ ਬੰਦਿਆਂ ਨੇ ਜਿਹਨਾਂ ਡਿਮਾਂਡ ਪੂਰੀ ਕਰਤੀ ਉਹਨਾਂ ਨੂੰ ਛੱਡ ਦਿੱਤਾ ਗਿਆ ਔਰ ਇਹ ਦੋ ਬੰਦੇ ਜਿਹੜੇ ਇਹਨਾਂ ਨੇ ਅਰੈਸਟ ਕਰ ਲਏ ਸਾਰਾ ਭਾਰ ਇਹਨਾਂ 'ਤੇ ਪਾ ਦਿੱਤਾ ਗਿਆ ਅਸੀਂ ਨਹੀਂ ਕਹਿੰਦੇ ਵੀ ਇਹਨਾਂ ਨੂੰ ਛੱਡਿਆ ਜਾਵੇ ਅਸੀਂ ਕਹਿੰਦੇ ਵੀ ਜਿਹਨੇ ਕੋਈ ਦੋਸ਼ੀ ਹੈ ਜਿਹਨੇ ਕੋਈ ਨੁਕਸਾਨ ਕੀਤਾ ਹੈ ਜਿਹਨੇ ਕੋਈ ਸਨੈਚਿੰਗ ਕੀਤੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ
ਲੇਕਿਨ ਅਸੀਂ ਕਹਿੰਦੇ ਵੀ ਜਿਹੜੇ ਬਾਕੀ ਦੋ ਹੈਗੇ ਨੇ ਉਹਨਾਂ ਨੂੰ ਕਿਉਂ ਛੱਡ ਦਿੱਤਾ ਗਿਆ? ਉਹ ਵੀ ਤਾਂ ਉਹਨੇ ਦੋਸ਼ੀ ਆ ਜਿੰਨੇ ਕਿ ਇਹ ਆ। ਸਾਡੀ ਪ੍ਰਸ਼ਾਸਨ ਵੱਲੋਂ ਇਹੀ ਡਿਮਾਂਡ ਆ ਕਿ ਇਹਨੂੰ ਜਿਹੜਾ ਚਾਰਾਂ ਦੇ ਉੱਤੇ ਬੰਦਿਆਂ 'ਤੇ ਪਰਚਾ ਹੋਵੇ ਅਤੇ ਚਾਰਾਂ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਹੁੰਦੀ ਉਹ ਹੋਵੇ। ਅਗਰ ਇਹ ਇੱਦਾਂ ਨਹੀਂ ਹੁੰਦਾ ਤਾਂ ਅਸੀਂ ਸੜਕਾਂ ਦੇ ਉੱਤੇ ਉਤਰ ਕੇ ਅਤੇ ਸੰਘਰਸ਼ ਕਰਾਂਗੇ। ਉਹਦਾ ਜਿਹੜਾ ਜ਼ਿੰਮੇਵਾਰੀ ਆ ਉਹ ਪੁਲਿਸ ਪ੍ਰਸ਼ਾਸਨ 'ਤੇ ਹੋਈ। ਦੋ ਬੰਦੇ ਕਿੱਥੋਂ ਦੇ? ਉਹ ਵੀ ਗੁਮਾਨਪੁਰ ਪਿੰਡ ਦੇ ਦੋ ਮੁੰਡੇ ਆ ਜੀ। ਉਹ ਵੀ ਇਹਨਾਂ ਦੇ ਨਾਲ ਹੀ ਸੀ। ਉਹਨਾਂ ਨੂੰ ਚਾਰਾਂ ਨੂੰ ਇੱਕੋ ਟਾਈਮ ਦੇ ਉੱਤੇ ਸ਼ਨਾਖਤ ਕੀਤੇ ਗਏ ਵੀ ਇਹ ਚਾਰੇ ਬੰਦੇ ਜਿਹੜੇ ਇਹਨਾਂ ਸਨੈਚਿੰਗ ਕੀਤੀ ਹੈ। ਹਾਂਜੀ, ਪਰਿਵਾਰ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ 50,000 ਰੁਪਏ ਦੀ ਜਿਹੜੀ ਡਿਮਾਂਡ ਹੋਈ ਹੈ, ਇੱਥੇ ਜਿਹੜਾ ASI ਰੂਪਲਾਲ ਜੀ ਹੈ ਉਹਨਾਂ ਡਿਮਾਂਡ ਕੀਤੀ ਹੈ। ਪਰ ਬੰਦੇ ਦੀ ਇਹ ਜੀ 17 ਤਰੀਕ ਨੂੰ ਰਾਤ 9:30 ਦੇ ਕਰੀਬ ਸਾਡੇ ਇੱਥੇ ਲੋਕਲ ਪੱਤਰਕਾਰ ਹੈਗੇ ਜਗਜੀਤ ਸਿੰਘ ਖਾਲਸਾ ਜੀ, ਉਹ ਹਨੂੰਮਾਨ ਮੰਦਿਰ ਦੇ ਬਾਹਰ ਬੈਠ ਕੇ ਨਾ ਆਪਣੇ ਪਰਿਵਾਰ ਦੇ ਨਾਲ ਬੈਠੇ ਸੀ ਅਤੇ ਉੱਥੇ ਉਹ ਖਬਰ ਲਿਖ ਰਹੇ ਸੀ। ਇਹ ਮੋਟਰਸਾਈਕਲ 'ਤੇ ਆਏ ਆ ਅਤੇ ਦੋਵੇਂ ਨੌਜਵਾਨ, ਅਤੇ ਇਹ ਇਹਨਾਂ ਦਾ ਉਹਦਾ ਮੋਬਾਈਲ ਸਨੈਚ ਕਰਕੇ ਲੈ ਗਏ। ਇਸੇ ਤਰ੍ਹਾਂ ਮੁੜ ਕੇ ਨੈਕਸਟ ਡੇ ਇੱਕ ਇਹਨਾਂ ਦਾ 10 ਕੁ ਸਾਲ ਦਾ ਬੱਚਾ ਇੱਥੇ ਚੌਂਕੀ ਦੇ ਬੈਕ ਸਾਈਡ 'ਤੇ ਨਸੈਨ ਡੇਰੀ ਦੇ ਲਾਗੇ ਦਾ ਘਰ ਹੈ, ਖੇਡ ਰਿਹਾ ਸੀ ਬਾਹਰ, ਉਹਦੇ ਹੱਥ 'ਚ ਮੋਬਾਈਲ ਫੜਿਆ ਸੀ ਅਤੇ ਉਹ ਵੀ ਇਹਦੇ ਕੋਲ ਇਹਨਾਂ ਫੋਨ ਖੋਹ ਕੇ ਲੈ ਗਏ ਇਸ ਲਿੰਡ ਮੋਟਰਸਾਈਕਲ 'ਤੇ ਸੀ। ਕੱਲ੍ਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਆਹ ਗੁਮਾਨਪੁਰੇ ਦੇ ਮੁੰਡੇ ਨੇ ਜਿਹੜੇ ਇਹ ਕੰਮ ਕਰਦੇ ਆ ਸਨੈਚਿੰਗ ਦਾ, ਅਤੇ ਉਹਨਾਂ ਕੋਲ ਉਹਨਾਂ ਸਨੈਚਿੰਗ ਕੀਤੀ ਹੋਈ ਹੈ ਤਾਂ ਤੁਹਾਨੂੰ ਲੱਭ ਸਕਦੇ ਆ। ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਅਸੀਂ ਨਾਕਾਬੰਦੀ ਕਰਕੇ ਅਤੇ ਇਹਨਾਂ ਨੂੰ ਸ਼ੱਕ ਦੇ ਵਿਨਾਹ 'ਤੇ ਅਰੈਸਟ ਕੀਤਾ। ਜਿਹਨਾਂ ਕੋਲ ਮੌਕੇ 'ਤੇ ਡੋਮੋ ਮੋਬਾਈਲ ਫੋਨ ਬਰਾਮਦ ਹੋਇਆ ਅਤੇ ਨਾਲ ਮੋਟਰਸਾਈਕਲ, ਇਹਨਾਂ ਹੋਰ ਬੜੀਆਂ ਵਾਰਦਾਤਾਂ ਕੀਤੀਆਂ ਅਤੇ ਅਸੀਂ ਅੱਜ ਉਹਨੂੰ ਪੇਸ਼ ਕਰਕੇ ਅਦਾਲਤ ਪੇਸ਼ ਕਰਕੇ ਅਤੇ ਰਿਮਾਂਡ ਲੈ ਕੇ ਅਤੇ ਮੁੜ ਕੇ ਹੋਰ ਡੰਗਾਈ ਨਾਲ ਪੁੱਛਗਿੱਛ ਕਰਨੀ ਆ। 387 ਦਿੱਤਾ ਦਰਜ ਹੋਇਆ। ਨਹੀਂ ਜੀ, ਕੋਈ ਪੈਸੇ ਦੀ ਗੱਲ ਨਹੀਂ। ਦੋ ਬੰਦੇ ਇਹਨਾਂ ਸਨੈਚਿੰਗ ਕੀਤੀ ਆ, ਉਹ ਸ਼ੱਕ ਦੇ ਆਧਾਰ 'ਤੇ ਬੁਲਾਏ ਸੀ, ਉਹਨਾਂ ਨੂੰ ਪੁੱਛਗਿੱਛ ਕਰਕੇ ਭੇਜਤਾ ਸੀ।